الصراط المستقيم صراط الذين أنعمت عليهم غير المغضوب عليهم ولا الضالين. اللهم صل على محمد وآل محمد وأجل الفرج. مولا کائنات تہاڈا ٹر آیا بانیان دا صفے ماتم وچھایا تمام ذاکرین دی پڑھائی میں حکیر دی ڈیوٹی بارہویں سرکار دے دربار وچ پہنچے تے عبادت شمار فرمایا. ہر مجلس وچ دعا کرینا او گھر وسدے رہن جڑے اپنے وسدیاں گھراں نوں تالے لا کے انہاں دے غم وچ رووان آندے ہن جہاں دے گھراں نوں تالے لگے تے وت کھلے نا. جڑیاں اکھاں حضرت امام حسین علیہ السلام دے غم وچ روندیاں دعا اے کہ دنیا دے کسے غم وچ نہ رووین. اے ذکر تہاڈیاں نسلاں دے نصیب ہوئے. اس غم دے علاوہ خالق تہاڈی دنیا دا کوئی غم نہ دے وے. تساں وسدے رہو. نعرہ تکبیر، نعرہ رسالت، نعرہ حیدری، باواز بلند صلوات. بسم اللہ الرحمن الرحیم. صلوات الحمد للہ رب العالمین والعاقبت للمتقین تقین و جنت للمؤمنین و النار للکافرین والمنافقین. بے شمار لعنت سارے اکھ بے شمار. الصلوۃ والسلام علی آدم بین الماء و تین. صلوات پڑھو. کافی مجمع سارے مل کے اونچی صلوات پڑھو. سید سکلا مشرقین والمغربین جد الحسن والحسین ابل قاسم محمد صلوات. ضربت علی فی الخندق افضل من عبادت سکلائن. صلوات و نعرہ حیدری
الصلاة والسلام على سيدات الجليلة المخدومة المحرومة الميرا وابي سيدات النساء العالمين اللهم میں قید دا واقعہ پڑھدا مرن دے بعد وی قیدی آئی میں نوکر میں نوکر بس دیر میں نوکر میں نوکر میں نوکر مرن دے بعد وی قیدی آئی کئی آ زنجیر لہن رون والی کیڑی گل گل کیڑی کرونے ہاتھ تے پیر بڑھائے عرض کیتا چھٹی کاد رضا دے بابے دے بغداد چ مرن دے بادے میں صدق ونیا تو ہوئی میاں تو بھی نہیں آزاد پردا پیا کائنات دا وارث بے وارث وانگ ریا رلدا وچ بغداد کوئی دفن کرے توا اے فریاد دستے رہو میرا ستواں امام زندگی دا قیدی امام کفن دفن دا قیدی امام جڑا قبر دے وچ اج تائیں زیور پائی پی نانے دی مزار دے پواندی والے پاسو نماز پہ پڑھدے ہیں نماز ہی بیٹھے ہو پیشی دیاں چار رکعت ہوندیاں میرے امام دو پڑھیاں بزرگوں میرے اتے سوال کرو ستواں امام آئی نمازی خاندان دہائی
ਉਸ ਦਾ ਪੁੱਤਰ ਆਈ ਜਾਂਦੀ ਧੀ ਚੌਂ ਕਦਮਾਂ ਤੇ ਕਾਤਿਲ ਦੀਆਂ ਮਿੰਨਤਾਂ ਕਰਕੇ ਆਦੀ ਆਈ ਨਾ ਮਾਰ ਮੇਰਾ ਚਾਚਾ ਗਾਜ਼ੀ ਟੁਰ ਗਿਆ ਹੈ। ਬੈਣ 70 ਕਦਮ ਤੇ ਕੁਰਾਨ ਚਾਹ ਕੇ ਆਦੀ ਆਈ ਨਾ ਮਾਰ ਬਿਰਾ ਸਜਦਾ ਦੇਂਦਾ ਰਹੀ ਆਈ। ਕਿਹੜੀ ਮਜਬੂਰੀ ਆਈ? 4 ਐਨ ਤੇ 2 ਕਿਉਂ ਪੜੀਆਂ ਸੀ? ਤੀਜੀ ਰਕਾ ਦੇ ਰਕੂ ਵਿੱਚ ਆ ਬਗਦਾਦ ਦੇ ਜ਼ਾਲਮਾ ਮੇਰੇ ਨਮਾਜ਼ੀ ਇਮਾਮ ਕੋ ਜ਼ੇਵਰ ਪਵਾਏ। ਮੇਰਾ ਇਮਾਮ ਨਮਾਜ਼ ਪੜ੍ਹਦਾ ਰਿਹਾ ਹੈ, ਮੁਸਲਮਾਨ ਜ਼ੇਵਰ ਪਵੈਂਦੇ ਰਹਿਣ। ਮੇਰੇ ਇਮਾਮ ਨਮਾਜ਼ ਮੁਕਾਈਏ, ਸੈਯਦ ਦਾ ਮੁਸਲਮਾਨ ਹਾਂ ਮੈਂ, ਕੋ ਨਮਾਜ਼ ਤਾਂ ਪੜ੍ਹਨ ਦੀ ਵਾ, ਤੁਸਾਂ ਭਾਵੇਂ ਨੇ ਮੰਨਦੇ ਹਾਂ ਤਾਂ ਮੈਂ 7ਵਾਂ ਇਮਾਮ। ਅਦਨ ਸਾਡੇ ਹਾਕਮ ਦਾ ਹੁਕਮ ਹੈ, ਮੂਸਾ ਕਾਜ਼ਮ ਭਾਵੇਂ ਨਾਨੇ ਦੀ ਮਿਜ਼ਾਰ ਦਾ ਬੋਸਾ ਪਿਆ ਗਿੰਦ ਹੋਵੇ ਜ਼ੇਵਰ ਪਵਾਓ। ਸੈਯਦ ਦਾ ਮੈਂ ਤੁਹਾਡੇ ਹਾਕਮ ਦੀ ਮੰਨ ਲਈਏ, ਚੁੱਪ ਕਰਕੇ ਜ਼ੇਵਰ ਪਾ ਲੈਣ। ਹੁਣ 5 ਮਿੰਟ ਮੇਰੇ ਜ਼ੇਵਰ ਲਹਾਵੋ, ਮੈਂ ਨਾਨੇ ਦੀ ਮਿਜ਼ਾਰ ਕੁਹਾਨ ਨਾਲ ਲਾ ਗਿੰਨਾ, ਨਾਲੇ ਧੀਆਂ ਦੀਆਂ ਪਾਰਤਾਂ ਦੇ ਗਿੰਨਾ। ਸਿਪਾਹੀ ਅਦਨ ਧੀਆਂ ਦੀਆਂ ਪਾਰਤਾਂ ਦੇਣਾ ਪੁੱਤਰ ਕੋਈ ਨੂੰ, ਸੈਯਦ ਦਾ ਗਿੱਲੇ ਨਾ ਦੇਵੋ, ਮੇਰੇ ਉਹਨੂੰ ਵੀ ਪੁੱਤਰ ਹੈ। ਵਾ ਤੂੰ ਪੁੱਤਰਾਂ ਦੀਆਂ ਪਾਰਤਾਂ ਕਿਉਂ ਨੂੰ ਦੇਂਦਾ? ਸੈਯਦ ਦਾ ਪੁੱਤਰ ਜਿਹੜੇ ਗਰੀਬ ਹੋਵੇ ਨਿਭਾ ਗਿਣਦੇਨ, ਦੀਆਂ ਨਿਮਾਣੀ ਰਾਖੀ ਆਉਂਦੀਆਂ ਨੇ, ਮੈਂ ਟੁਰਿਆ ਵੇ ਨਾ ਮੱਤ ਕੋਈ ਰਜ਼ਾ ਕੋ ਮਿਲਣ ਲੱਗੀ ਵੰਜੇ। ਦੱਸਦੇ ਰਹੋ ਅਦਨ ਜ਼ੇਵਰ ਤਾਂ ਨਹੀਂ ਲਾਂਦੇ, ਲੱਗ ਸਕਦਾ ਹੀ ਤਾਂ ਨਾਨੇ ਦੀ ਮਿਜ਼ਾਰ ਕੁਹਾਨ ਨਾਲ ਲਾ। ਮੇਰੇ ਇਮਾਮ ਨਾਨੇ ਦੀ ਮਿਜ਼ਾਰ ਕੁਹਾਨ ਨਾਲ ਲਾਏ। ਸੈਯਦ ਦਾ ਨਾਨਾ ਕਾਜ਼ਮ ਦਾ ਆਖਰੀ ਸਲਾਮ ਹੋਵੀ, ਮੈਂ ਵਤ ਮਦੀਨੇ ਨਹੀਂ ਆਉਣਾ, ਨਾਲੇ ਮੈਂ ਗਰੀਬ ਦੀਆਂ ਧੀਆਂ ਦੀ ਪਾਰਤ ਹੋਵੀ, ਮੱਤਾ ਮੇਰੀ ਕੋਈ ਧੀ ਮੇਰੀ ਡਾਡੀ ਵਾਂਗੂ ਜੰਗਲਾਂ 'ਚ ਰੁਲ ਵੰਜੇ। ਵਸਦੇ ਰਹੋ। ਮੈਂ ਅਰਜ ਕੀਤੀ ਹੈ ਮੇਰੇ ਇਮਾਮ ਦੀਆਂ 70 ਔਲਾਦਾਂ ਹਨ, 19 ਪੁੱਤਰ 18 ਧੀਆਂ, 2 ਧੀਆਂ ਨੂੰ ਪਿਓ ਦੇ ਨਾਲ ਇਤਨਾ ਪਿਆਰ ਹਾਈ, ਪਿਓ ਤੁਲਾ ਦਾ ਨੈਣ ਵਿਛੜਦੀਆਂ। ਜਦਾਂ ਬਾਬਾ ਨਮਾਜ਼ ਪੜ੍ਹਨ ਵੰਨਿਆ, ਬਾਬੇ ਦੇ ਨਾਲ ਹਵੇਲੀ ਦੇ ਦਰ ਤੱਕ ਆਉਂਦੀਆਂ ਹਨ, ਜੇ ਤੱਕ ਮੇਰੇ ਇਮਾਮ ਵਾਪਸ ਨਾ ਵੱਲਿਆ ਦਰ 'ਤੇ ਖੜੀਆਂ ਰਹਿੰਦੀਆਂ ਹਨ। ਰਸਤੇ ਬਾਈ ਵਹਿੰਦੀਆਂ ਹਨ, ਜਾਣ ਕਿਉਂ ਰਾਹ ਨਾਲ ਗਿਣਨਾ ਹਨ ਜਿਹੜੇ ਰਾਤ ਗਰੀਬ ਦਾ ਘਰ ਆਈ। ਮੇਰਾ ਇਮਾਮ ਆਪਣੇ ਘਰ ਦੇ ਸਾਹਮਣੇ ਆਇਆ ਹੈ, ਖੜੀ ਹੋਇਆ ਦੀਆਂ ਕੋ ਡਿੱਠਸ ਕਦਮ ਰੁਕ ਗਏ। ਸਿਪਾਹੀ ਆਦਿ ਕਿਉਂ ਰੁਕ ਗਏ? ਸੈਯਦ ਦਾ ਤੁਸੀਂ ਔਲਾਦ ਰੱਖਦੇ ਹੋ, ਮੈਂ ਗਰੀਬ ਦੀਆਂ 70 ਔਲਾਦਨ, ਬਾਕੀ ਕਹਿ ਕੋ ਮਿਲਣਾ ਜਾਂ ਨਾ ਮਿਲਣਾ ਕੋਈ ਅਰਮਾਨ ਆ, ਮੇਰੀਆਂ 2 ਧੀਆਂ ਜਿਹੜੀਆਂ ਦਰ 'ਤੇ ਖੜੀਆਂ ਹੋਈਆਂ। ਸੈਯਦ ਦੇ 5 ਮਿੰਟ ਮੇਰੇ ਜ਼ੇਵਰ ਲਹਾਓ, ਮੈਂ ਉਹਨਾਂ ਦੇ ਸਰ 'ਤੇ ਹੱਥ ਰੱਖੀ ਆਵਾਂ, ਨਾਲੇ ਦੱਸੀ ਆਵਾਂ ਵੱਲ ਵੰਜੋ, ਮੈਂ ਨਹੀਂ ਵੱਲਣਾ। ਵਸਦੇ ਰਹੋ ਮੁਸਲਮਾਨ ਦਿਨ ਘਰ ਵਹਿਣਾ ਤਾਂ ਕੋਈ ਜ਼ਮਾਨਤੀ ਦੇ। ਸੈਯਦ ਦਾ ਜ਼ਮਾਨਤੀ ਜੋ ਮੰਗਦੇ ਹੋ, ਮੈਂ ਕੋ ਦੱਸਾਓ ਮੇਰਾ ਜੁਰਮ ਕੀ ਹੈ? ਮੁਸਲਮਾਨ ਦਿਨ ਤੇਰਾ ਜੁਰਮ ਹੀ ਆਇਆ ਤੂੰ ਜ਼ਾਤ ਦਾ ਸੈਯਦ ਹੈ। ਮੇਰੇ ਇਮਾਮ ਮਦੀਨੇ ਦੀ ਗੱਲੀ ਅੱਜ ਖੜ ਕੇ ਹੱਕਲ ਮਾਰੀਏ, ਸੈਯਦ ਦਾ ਕੋਈ ਹੈ ਜਿਹੜਾ ਕਾਜ਼ਮ ਦੀ ਜ਼ਮਾਨਤ ਚਾਹਵੇ? ਮੈਂ ਧੀਆਂ ਕੋ ਮਿਲਣਾ ਹੈ। ਮੇਰਾ ਇਮਾਮ ਜ਼ਮਾਨਤ ਮੰਗਦਾ ਹੈ? ਮੁਸਲਮਾਨ ਹੱਸਦੇ ਨੇ, ਮਜ਼ਾਕਾਂ ਕਰੇਂਦੇ ਨੇ। ਇੱਕ ਚਿੱਟੀ ਵਾਲਾ ਦੁਕਾਨਦਾਰ ਏ, ਚਿੱਟੀ ਦਾੜੀ ਵਾਲਾ ਦੁਕਾਨਦਾਰ ਏ, ਮੁਸਲਮਾਨ ਨਹੀਂ ਯਹੂਦੀ ਏ। ਮੁਸਲਮਾਨਾਂ ਦੀ ਬੇਹਯਾਈ ਡਿੱਠੀ ਸੀ, ਸੈਯਦ ਦੀ ਬੇਕਸੀ ਡਿੱਠੀ ਸੀ। ਜਲਦੀ ਦੇ ਨਾਲ ਦੁਕਾਨ 'ਚੋਂ ਬਾਹਰ ਨਿਕਲਿਆ, ਮੁਸਲਮਾਨਾਂ ਤੋਂ ਦੇਖ ਕੇ ਦਾ ਸ਼ਰੀਫ ਉੱਜੜ ਵੰਜਨ ਹਸੀਂਦਾ ਨਹੀਂ। ਅਦੇ ਹੱਸੋ ਨਾ, ਇਹ ਕੈਦੀ ਦੀ ਜੁੱਤੀ ਦੇ ਸਦਕੇ ਮੇਰੀ ਦੁਕਾਨ ਲੁੱਟ ਗਿੰਨੋ, ਇੱਕ ਘਰ ਵੰਜਣ ਦੀ ਹੋਈ ਸੈਯਦ ਦਾ ਮੈਂ ਜ਼ਾਮੇ ਨਾ। ਆਦਨ ਇਵੇਂ ਨਹੀਂ, ਤੂੰ ਤਾਂ ਮੁਸਲਮਾਨ ਹੀ ਨੇ, ਇਹਦਾ ਜ਼ਾਮੇ ਨ ਪਾਉਣਾ ਹੈ, ਇਹਦੀ ਸ਼ਰਾਫਤ ਬਿਆਨ ਕਰ ਕਿਵੇਂ ਸ਼ਰੀਫ ਹੈ? ਇਹਦਾ ਮੈਂ ਕੋ ਪੂਰੇ 10 ਸਾਲ ਥੀ ਗਏ, ਮੇਰੀ ਥਾਈਂ ਦੁਕਾਨ ਹੈ, ਮੈਂ ਇਹਦਾ ਮਹੱਲੇਦਾਰ ਹਾਂ, ਹਰ ਰੋਜ਼ ਇਹਦੀ ਘਰ ਦੇ ਨਾਲ ਵਾਲੀ ਗਲੀ 'ਚੋਂ ਗੁਜ਼ਰ ਕੇ ਦੁਕਾਨ 'ਤੇ ਆਉਣਾ, ਸ਼ਾਮ ਕੋ ਵਾਪਸ ਵਹਿਣਾ। ਇਹ ਗਰੀਬ ਦੀ 18 ਦੀਆਂ ਸੁਣੀਦੀਆਂ, ਮੈਂ ਕੋ ਮੂਸਾ ਨਬੀ ਦੀ ਨਬੂਅਤ ਦੀ ਕਸਮ, ਏਡੀਆਂ ਪਰਦੇਦਾਰ ਹਨ, 10 ਸਾਲ ਦੇ ਅਰਸੇ ਦੇ ਵਿੱਚ ਕਹਿ ਛੋਟੀ ਸਹੀ ਆਜ਼ਾਦੀ ਦਾ ਆਵਾਜ਼ ਮੈਂ ਨਹੀਂ ਸੁਣਿਆ। ਇੱਕ ਘਰ ਵੰਜਣ ਦੀ ਉਹ ਮਤ ਕੋਈ ਸਹੀ ਆਜ਼ਾਦੀ ਬਾਹਰ ਲੱਗੀ ਆਈ, ਮਦੀਨਾ ਬਰਬਾਦ ਹੋਵੇ ਸੀ। ਵਸਦੇ ਰਹੋ,
ادن گھر ونجے مگر زیور نہ لائے سوں تورا ہے میرا امام دروازہ تا ہتھ نہ لویندا ہے بزرگوں میرے امام دے ہتھ مصروف ہیں میرے امام موڈے دے نال دروازہ لایا اندازہ کرو جڑیاں لازاں نین وچھڑ دیاں بابے کو زنجیراں جکڑے ہویا ڈٹھا نے بابے تو نے پوچھا کائیں پوائے نہیں جلدی دے نال دوریاں بھڑا کو دی جلدی آؤ اجڑ گئی ہیں بڈھڑا بابا قیدی بن کے آ گیا ہے کوئی ہتھ کڑیاں چوم دیئے کوئی بیڑیاں چوم دیئے کوئی توک چوم دیئے میری قوم دیا پہاڑیاں چ رول ونجن والی سائن بابے دی چٹی داڑھی چوم کے دی بابا کائیں پوائے نہیں سیدہ دا مسلمان پوائن بابا کین کیتی ویندے نہیں سیدہ دا تبلیغ تے لئی ویندن بابا مبلغی میں ویندن جس رنگ چ تو پیا ویندے سیدہ دا میری دھی تسا خوش قسمت ہو میں ٹردا پیا گھر کھڑیاں روندیاں جڑا پہلے مبلغی آئی کلا نائی اوندیاں دھیاں وی نال ہیں اوندیاں بھائیاں وی نال ہیں جڑیاں دی نہ مارو منی ماں چکیاں پی پی پلیندی رہی بس دے رہو بابا تبلیغ تے کتنا عرصہ لگنا ہے سیدہ دا میں غریب دی پوری زندگی اندازہ کرو جڑیاں لازہ نئے نے وچھڑ دیاں باب امام دسیا جو میں پوری زندگی نہیں ولنا میری سینی دے وین بلان دوئن میرا اٹھواں امام حجرہ عبادت چ بیٹھے ہیں بھائیاں دے رون دی آواز سنی نے جلدی دے نال باہر آئے ہاتھ ودا کے دن بابا اپنی ہاتھ کڑیاں لا میں کو پوا دھیاں کو نہ روا مت کوئی دھی مار ونجی سیدہ دا رضا ہے خوش قسمت میں ٹردا پیاں گھر کھڑیاں روندیاں جدا تائیں ٹرنا ہے نہ قوم دیاں پہاڑیاں چرول کے مار وجنا ہے بس دے رہو میں دے امام کو بغداد چلایا ہے بغداد چ جڑا غریب واسطے مہمان خانہ بنایا نے مہمان خانے دی تفصیل چار دیواری اچ کمرہ کمرے تے خانہ تے خانے چ لوہے دا پنجرا جے کو سیخا لگی ہوئیاں ہیں غریب نہ بہ سکدائی نہ سم سکدائی نہ کھڑ سکدائی کیڈا سخت قید خانہ یاکتا نے زیور لاویں وت ہتھے ہتھ کڑیاں پیراں چ بیڑیاں گل توک اٹھ دفعہ مڈ امام کو ظاہر دیتی نے جد زہر ملیا مدینے تو ڈے کیا کیا نانا میں غریب دیا 18 دیاں مت دیا کو مل دو زہر دا سر مک ونجے اجا موسیٰ کاظم دی دعا نہ مکدی زہر دا سر مک وندائی نامی دفعہ ایڈی سخت زہر دیتی نے جویں دے دادے حسن دا جگر منہ چ باہر آیا ہی موسیٰ کاظم دا جگر خون بن کے وہن لگ گیا ہے دروگا دے ایڈا نمازی آئی باوے منہ چ خون واندہ رہی آئے موسیٰ کاظم نماز پڑھدا رہی آئے پیشی دی نماز تک کھڑ کے پڑھی سی دیگر دی نماز کھڑ کے نہیں پڑھ سکیا باندھا باندھا غریب زمین تے بہ گیا ہے میرے اتنے سوال کرو 14 سال نہیں بیٹھا اج کیڑی مجبوری مکس جو ستواں امام بہ گیا ہے اج ظاہر طاقت مکا چھوڑیے سیخا اجر رسالت دے دیا گئی ہیں میں نے امام بن گیا ہے دروگا دا دیگر دی نماز تو بعد انج معلوم ہوندا ہے جویں کسے مدت دے نکھڑے ہوئے سنگتی دی انتظار ہوئے سی جو اچانک حکل مارے سو ایوب والا قیدی سڑیں دائی دروگا دا میں کمرے چو باہر آیا میری ایک مسافر تے دید پئی اجا میری چھڑا دید پئی ہے جو موسیٰ کاظم دو جی حکل ماری او اسکلا دا میر والا بغداد دا غریب قیدی سڑیں دائی دروگے حکل مار کے دو مسافر ایک قیدی دی گواہی میں دینا غریب ایڈا ہے 14 سالہ چدی ملاقات تے کوئی نہیں آیا تے غیور ایڈا ہے 14 سالہ تیرے پہلی حکل تیرے نا دی ماری سے والا مگدا کچھ نہیں سخی ای مت کچھ دے وچا ایوب پیچھا تے ولیا ہے جڑے بزرگ بیٹھے ہو جڑے میرے استاد سلطان اللہ کرین سید صابر حسین شان سن دے رہے ہو پیچھا تے ولیا ہے
ਤੈ ਖਾਨੇ ਦੀਆਂ ਪੌੜੀਆਂ ਲੱਥੇ ਮੇਰੇ ਸੱਤਵੇਂ ਇਮਾਮ ਤਦੀਦ ਪਈਸ ਅਯੂਬ ਕਦਮ ਰੋਕ ਗਿਆ ਹੈ। ਕਦਮ ਰੋਕ ਕੇ ਦਾ ਉਹ ਕੈਦੀ ਜਿਹੜੀ ਗਜ਼ ਪਾਰੂ ਛੱਡਿਆਈ ਤੇਰੇ ਨਾਲ ਮੈਂ ਵਾਅਦਾ ਕਰੇ ਨਾ ਇੱਥਾਂ ਹੀ ਖੜ ਕੇ ਪੂਰੀ ਕਰੇ ਸਾਂ। ਪਹਿਲੇ ਤੂੰ ਮੇਰੇ ਵਾਸਤੇ ਇੱਕ ਦੁਆ ਮੰਗ। ਸੈਦ ਦਾ ਏਡਾ ਦਾਵਾ, ਮੈਂ ਦੁਆ ਮੰਗਾਂ ਤਾਂ ਤੇਰੀ ਪੂਰੀ ਹੋ ਸੀ। ਅਦ ਕੈਦੀ ਆਪਣੀ ਜ਼ਾਤ ਤੇ ਦਾਵਾ ਨਾ ਕਰੇਂਦਾ, ਮਦੀਨੇ ਵਾਲੇ ਸੱਤਵੇਂ ਇਮਾਮ ਨੂੰ ਜਾਣਦਾ ਹੈ। ਸੈਦ ਦਾ ਜਿਵੇਂ ਮੈਂ ਜਾਣਦਾ ਇੰਜ ਕੋਈ ਨਹੀਂ ਜਾਣਦਾ। ਅਦ ਕੈਦੀ ਮੈਂ ਮਦੀਨੇ ਵਾਲੇ ਸੱਤਵੇਂ ਇਮਾਮ ਦਾ ਗੁਲਾਮ ਹੈ। ਇੱਕ ਦਿਹਾੜੇ ਮੈਂ ਕੋਈ ਗੁਲਾਮੀ ਤੂੰ ਆਜ਼ਾਦ ਕੀਤੋਸ, ਮੈਂ ਕੋ ਆਖ ਸਟੋਰ ਵਾਂ ਤੂੰ ਅਰਬ ਦਾ ਵੱਡਾ ਤਾਜਰ ਬਣਸੇ। ਸਾਰੇ ਤਾਜਰ ਤੇਰੇ ਮਕਰੂਜ਼ ਹੋ ਸਨ, ਤੂੰ ਕਹਿੰਦਾ ਮਕਰੂਜ਼ ਨਾ ਹੋ ਸੈਂ। ਤੇ ਇੱਕ ਗੱਲ ਯਾਦ ਰੱਖੇ, ਜਦੋਂ ਮੈਂ ਨਾ ਲੱਭਾਂ ਤੇ ਕੋਈ ਦੁਆ ਮੰਗਵਾਉਣੀ ਹੋਵੀ, ਖਾਲਿਕ ਬੇਗੁਨਾਹ ਕੈਦੀ ਦੀ ਦੁਆ ਖਾਲੀ ਨਹੀਂ ਵਲੈਂਦਾ। ਤੈਨੂੰ ਦੇਖ ਕੇ ਪਤਾ ਪਿਆ ਲੱਗਦਾ ਤੈਂ ਜੀਆ ਕੈਨਾਤ 'ਚ ਬੇਗੁਨਾਹ ਕੈਦੀ ਕੋਈ ਨਹੀਂ। ਸੈਦਾ ਤਾਂ ਮੈਂ ਦੁਆ ਹੀ ਮੰਗਸਾਂ ਤੇ ਤੇਰੇ ਇਮਾਮ ਦਾ ਹੁਕਮ ਹੈ ਤੇ ਤੇਰੀ ਦੁਆ ਮਨਜ਼ੂਰ ਹੀ ਹੋਵੇ ਸੀ। ਪਹਿਲੇ ਇਹ ਦੱਸਾਂ ਕਦਾਂ ਮਦੀਨੇ ਗਈਆਂ? ਜੰਗਲਾਂ 'ਚ ਮੱਥਾ ਮਾਰ ਕੇ ਤਾਂ ਦੁਆ ਮੰਗ, ਸ਼ਾਲਾ ਮੈਂ ਮਦੀਨੇ ਨਾ ਵੰਜਾਂ। ਸੈਦਾ ਦਾ ਲੋਕ ਮੰਤਾ ਮਨੇ ਨਾ ਸਾ ਮਦੀਨੇ ਵੰਜਾਂ, ਤੂੰ ਕਿਉਂ ਆਦਾ ਜੋ ਮੈਂ ਮਦੀਨੇ ਨਾ ਵੰਜਾਂ? ਆਦਾ ਕੈਦੀ ਇਮਾਮ ਦੀ ਕੈਦ, ਤੂੰ 8 ਸਾਲ ਬਾਅਦ ਮਦੀਨੇ ਗਈਆਂ, ਮਰ ਗਈਆਂ ਵਾਂ ਮਦੀਨੇ ਨਾ ਵੰਜਾਂ। ਮੇਰੇ ਇਮਾਮ ਦੀਆਂ 18 ਦੀਆਂ ਦੇ ਵਾਲ ਖੁੱਲੇ ਹੋਏ ਹਨ, ਇਹੋ ਜਿਹਾ ਵਹਿਣ ਪਈਆਂ ਕਰੇਂਦੀਆਂ ਹਨ, ਮਦੀਨੇ ਵਾਲਿਆਂ ਨੇ ਅਕਬਰ ਦੀ ਵਹਿਣ ਦੇ ਵਹਿਣ ਭੁੱਲ ਗਏ ਹਨ। ਸੈਦ ਦਾ ਅੱਛਾ ਤੇਰੀ ਦੁਆ ਮਨਜ਼ੂਰ ਹੋ ਗਈ ਹੈ, ਮੈਂ ਕੁ ਸੁਜਾਣ ਮੈਂ ਕੌਣ ਆ? ਅਦ ਕੈਦੀ ਤੇਰੇ ਮੂੰਹ ਤੇ ਝੂਠ ਨਹੀਂ ਜੁੜਦਾ, ਇਮਾਮ ਦੀ ਪਰੇਸ਼ਾਨੀ 'ਚ ਨੂਰ ਦੀ ਲਾਈਟ ਆਉਂਦੀ ਹੈ ਜਿਹੜੀ ਛੁੱਪ ਨਹੀਂ ਸਕਦੀ। ਮੇਰੇ ਇਮਾਮ ਮੁੱਦਤ ਦੇ ਪਰੇਸ਼ਾਨ ਵਾਲ ਹਟਾਏ, ਨੂਰ ਦੀ ਲਾਈਟ ਨਿਕਲੀ ਹੈ ਜੰਗਲੇ 'ਚ ਮੱਥਾ ਮਾਰ ਕੇ ਦਾ ਊਂ ਵੇਲੇ ਦੱਸੇ ਸੇ ਜਿਹੜੇ ਵੇਲੇ ਮੈਂ ਮਰ ਵਏ ਸਾਂ। ਅਦ ਗੁਲੇ ਦਾ ਵਦਾਮ ਲੱਭਦਾ ਨਾ ਵੇ, ਹੁਣ ਲੱਭ ਪੀਆਂ ਤਾਂ ਮੈਂ ਵਹਿਨਾ। ਸੈਦ ਦਾ ਕਿਨ ਵਹਿਨਾ ਹੈ? ਅਦਾ ਸਾਰਾ ਖਜ਼ਾਨਾ ਦੁਸ਼ਮਣ ਦੇ ਖਜ਼ਾਨੇ 'ਚ ਦੇਨਾ, ਤੇਰੀ ਕੈਦ ਛੁੜਵੈਨਾ। ਅਗਰ ਵਾਤੀ ਨਾ ਮੰਨੀ ਉਹਨੇ ਆਪ ਜ਼ੇਵਰ ਪਹਿਨਾ, ਤੇਰੀ ਕੈਦ ਛੁੜਵੈਨਾ। ਅਗਰ ਵਾਤੀ ਨਾ ਮੰਨੀ ਉਹਨੇ ਮੇਰੀਆਂ ਦੋ ਧੀਆਂ ਤੇਰੀ ਜਾਤ ਤੇ ਕੈਦੀ ਕਰਵੈਨਾ, ਤੇਰੇ ਜ਼ੇਵਰ ਲਵੈਨਾ, ਵਤਨ ਤੇ ਵੱਲ ਵੰਜ ਧੀਆਂ ਠੱਕ ਪਈਆਂ ਨੀ। ਹੱਸਦੇ ਰਹੋ। ਸੈਦ ਦਾ ਮੇਰੀ ਕੈਦ ਛੁੜਾਵਣ ਦਾ ਕੋਈ ਇੰਤਜ਼ਾਮ ਨਾ ਕਰ, ਅੱਜ ਰਾਤ ਕਹੇ ਵੇਲੇ ਮੇਰੀ ਕੈਦ ਛੁੱਟ ਵੇ ਸੀ। ਫੜ ਸਕਦਾ ਹੈ ਨਾ ਤਾਂ ਇੱਕੋ ਚਾਦਰ ਪੁੱਲ ਬਗਦਾਦ ਤੇ ਲਈ ਆਵੇ। ਇੱਕ ਬੇਵਾਰਿਸ ਜਨਾਜ਼ਾ ਸੀ, ਉਹਦੇ ਕਫਨ ਦੇ ਕੰਮ ਆਵੇ ਸੀ, ਤੇਰਾ ਸੱਤਵਾਂ ਇਮਾਮ ਰਾਜ਼ੀ ਹੋਵੇ ਸੀ। ਅਯੂਬ ਟੁਰ ਗਿਆ ਹੈ, ਡਰੋਗੇ ਤੋਂ ਡੇਕ ਕੇ ਦਿਨ ਅੱਜ ਤਲਹਾ ਦਰੋਗਾ ਦੇ ਕਿਨ ਵਹਿਨਾ ਹੈ? ਸੈਦ ਦਾ ਘਰ ਵਹਿਨਾ ਦੁਸ਼ਮਣ ਤਾ ਨਾ ਮਾਰ ਕਿਆ ਦਾ ਸੱਚ ਦੱਸਾ ਤੇਰੇ ਕੋਈ ਘਰ ਹੈ? ਸੈਦ ਦਾ ਗਿੱਲੇ ਲੜੇ ਮਡਾ ਘਰ ਜਿੱਥੇ ਨਬੀਆਂ ਦਾ ਸੁਲਤਾਨ ਰੁੱਖ ਵਹਿੰਦਾ ਈ ਆਦਾ ਘਰ ਕਿਉਂ ਵਹਿਨਾ ਹੈ? ਸੈਦ ਦੇ ਔਲਾਦ ਕੋ ਮਿਲੇਣ ਤਾਨਾ ਮਾਰ ਕੇ ਤੇਰੀ ਕੋਈ ਔਲਾਦ ਹੈ? ਸੈਦ ਦਾ ਮੈਂ ਗਰੀਬ ਦੇ ਉਹਨੂੰ ਵੀ ਪੁੱਤਰ 18 ਦੀਆਂ ਆਦਾ ਦੀਆਂ ਟੱਪਰ ਦੇ ਦਾਰ ਉਸਨੀ ਪੁੱਤਰ ਚੰਗੇ ਨਹੀਂ ਮੁਲਾਕਾਤ ਕੋਈ ਨੂੰ ਆਇਆ ਸੈਦ ਦਾ ਗਿੱਲੇ ਨਦੇ ਘਰੋਂ ਯਾਰਾ ਟੁਰੇ ਔਲਾਦ ਕਿਨ ਗਈ ਆਈ? ਸੈਦ ਦਾ ਕਹਿ ਕੁ ਜ਼ਹਿਰ ਮਿਲ ਗਈ, ਕੋਈ ਦੀਵਾਰਾਂ ਦੇ ਤੱਲੇ ਸਾਂਭਗਾ। ਆਦਾ ਜਾਣਦਾ ਤੈਂ ਜਿਹੜੇ ਤੂੰ ਜ਼ੇਵਰ ਪਾਈ ਖੜੇ 14 ਸਾਲ ਗੁਜ਼ਰ ਗਏ, ਇਹਨਾਂ ਦੇ ਤਾਲਿਆਂ ਕੋ ਜ਼ੰਗ ਲੱਗ ਗਈ ਹੈ। ਮੈਂ ਡੋਡੇ ਕਹਿੰਦਾ ਮੈਂ ਕੋਈ ਤੁਹਾਡਾ ਕੈਦੀ ਹਾਂ,
ਮੈਂ ਰੱਬ ਦੀ ਰਜ਼ਾ ਦਾ ਕੈਦੀਆਂ ਨਾਰਾ ਤਕਬੀਰ ਬੁਲੰਦ ਕੀਤਾ ਜ਼ੰਜੀਰ ਛੜਕੀ ਕੇ ਇੱਕ ਪਾਸੇ ਵੰਜ ਪਾਏਨ ਅਦੇ ਤੇ ਖਾਨੇ ਦੀਆਂ ਪੌੜੀਆਂ ਪਿਆ ਚੜਦਾ ਈ ਮੈਂ ਸੋਚਿਆ ਹਰੂਨ ਆਖਣਾ ਤੇ ਆਪ ਆਜ਼ਾਦ ਕੀਤਾ ਹਰੂਨ ਮੇਰੇ ਉੱਤੇ ਜ਼ੁਲਮ ਕਰੇ ਸੀ ਅਦੇ ਦਾ ਸਖੀਆ ਈ ਪਿੱਛਾ ਤੇ ਵੱਲਾ ਅਦੇ ਪਰੇਸ਼ਾਨ ਮਧੀਆਂ ਦੀਆਂ ਚੋਟੀਆਂ ਚੁਬੜੀਆਂ ਮੈਂ 14 ਸਾਲਾਂ ਦਾ ਬਾਦ ਧੀਆਂ ਦੀਆਂ ਚੋਟੀਆਂ ਚੁਮਕ ਵਾਲਾ ਸਾਂ ਵਸਦੇ ਰਹੋ ਅੱਧ ਰਾਤ ਦੇ ਵੇਲੇ ਮੇਰੇ ਇਮਾਮ ਮੌਜਦੇ ਇਮਾਮਤ ਨਾਲ ਆਪਣੇ ਘਰ ਆਏ ਹੁਣ ਜਿਹੜੀਆਂ ਮੇਰੀਆਂ ਮਾਵਾਂ ਬੈਠੀਆਂ ਮੇਰੀ ਗੱਲ ਦੀ ਗਵਾਹੀ ਦੇ ਸੇਨ ਮੇਰੇ ਇਮਾਮ ਜੋ ਵੱਲਾ ਮੇਰੇ ਇਮਾਮ ਦੇ ਘਰ ਚਿਰਾਗ ਬਲਦੀਆਂ ਬਲਦੇ ਜਾਂ ਮੇਰੇ ਇਮਾਮ ਦੀਆਂ ਧੀਆਂ ਪਲੰਘਾਂ ਤੇ ਸੁੱਤੀਆਂ ਜਾਂ ਕਲੀਨਾਂ ਤੇ ਸੁੱਤੀਆਂ ਪਈਆਂ ਜਦਾਂ ਦਾ ਬਾਬਾ ਕੈਦੀ ਬਣ ਕੇ ਗਿਆ ਨੇ ਮਗਰੇ ਬਿਸ਼ਾ ਦੀ ਨਮਾਜ਼ ਆਪਣੇ ਆਪਣੇ ਉਜਰਿਆਂ ਚ ਪੜਦੀਆਂ ਨਮਾਜ਼ ਤੋਂ ਫਾਰਗ ਹੋ ਕੇ ਸਾਰੀਆਂ ਭੈਣਾਂ ਬਾਬੇ ਦੇ ਉਜਰੇ ਦੇ ਸਾਹਮਣੇ ਮਿੱਟੀ ਦਬਾਉਂਦੀਆਂ ਮੇਰੀ ਕੌਮ ਦੀਆਂ ਪਹਾੜੀਆਂ ਚ ਰੋਲ ਵੰਜਣ ਵਾਲੀ ਸੈਣ ਬਾਬੇ ਦੇ ਮਸਾਏ ਪੜਦੀ ਆਈ ਦੂਜੀਆਂ ਸਾਰੀਆਂ ਭੈਣਾਂ ਵਸਦੇ ਰਹੋ ਅੱਜ ਮੇਰੇ ਇਮਾਮ ਆਏ ਮੇਰੇ ਇਮਾਮ ਦੀਆਂ ਧੀਆਂ ਮਿੱਟੀ ਤੇ ਸੁੱਤੀਆਂ ਪਈਆਂ ਉਹਦੀ ਦਸਾਰ ਤੇ ਜੁੜਾਇਆ ਜਾਏ ਕੌਮ ਦੀਆਂ ਪਹਾੜੀਆਂ ਚ ਰੁਲਣ ਆਈ ਦੀ ਦਾ ਸਰ ਚੁੰਮਣ ਲੱਗਾ ਰਦਾ ਦੀ ਮਾਂ ਦੀ ਅੱਖ ਖੁੱਲੀਏ ਅਕਲ ਮਾਰ ਕੇ ਆਦੀ 14 ਸਾਲਾਂ ਦੇ ਬਾਅਦ ਆਇਆ ਸੁੱਤੀਆਂ ਦੀਆਂ ਚੋਟੀਆਂ ਚੁੰਮਣ ਰਦਾ ਦਾ ਬਾਬਾ ਇਹਨਾਂ ਕੁ ਜਗਾ ਵਣ ਦੇ ਸਯਦਾ ਦੇ ਰਦਾ ਦੀ ਮਾਂ ਜਗਾ ਵੇਨਾ ਹੁਣ ਆਪਣੀਆਂ ਭੈਣਾਂ ਦੇ ਹਿੱਸੇ ਦਾ ਵਹਿਣ ਆਦੀ ਕੈਨਾਤ ਦਾ ਇਮਾਮ ਇਨਸਾਫ ਕਰ 14 ਸਾਲਾਂ ਚ ਕਿਤਣੀਆਂ ਈਦਾਂ ਆਈਆਂ ਸਯਦਾ ਦੇ ਰਦਾ ਦੀ ਮਾਂ 14 ਸਾਲਾਂ ਚ 28 ਈਦਾਂ ਆਦੀ ਤੇਰੀ ਇਮਾਮਤ ਦੀ ਕਸਮ ਤੇਰੀ ਕੈਦੀ ਕੋਈ ਈਦ ਨਹੀਂ ਈਦ ਵਾਲੀ ਦੀਵਾਰ ਬਗਦਾਦ ਦੇ ਕਿਆ ਦਿਨ ਉਹਨਾਂ ਦੀਆਂ ਈਦਾਂ ਵਸਦੇ ਰਹੋ ਸਯਦਾ ਦੇ ਰਦਾ ਦੀ ਮਾਂ ਜਗਾ ਮੈਨਾ ਆਦੀ ਕੈਦ ਛੁੱਟ ਗਈ ਹੈ ਆਖਰੀ ਵਾਇਣ ਸਯਦਾ ਦਾ ਕੱਲ ਕੈ ਵੇਲੇ ਛੁੱਟ ਵੇ ਸੀ ਆਦੀ ਪੁੱਤਰ ਤਾਂ ਰਾਤ ਆ ਖੜਸਣੀ ਕੋਈ ਜੰਗਲ ਵਾਲੇ ਪਾਸੁਰਾ ਦੱਸਾਂ ਮੈਂ ਤੜੀਆਂ ਗਰੀਬ ਧੀਆਂ ਕੁਨਾ ਲਾ ਕੇ ਖੇਨਾ ਸਾਂ ਸਯਦਾ ਦੇ ਰਦਾ ਦੀ ਮਾਂ ਮੜੀਆਂ ਦੀਆਂ ਕੋਈ ਜੰਗਲਾਂ 'ਚ ਕਿਉਂ ਰੁਲੇਵੀ ਆਦੀ ਤੜੀ ਮਾਮਾ ਦੀ ਕਸਮ ਮੈਂ ਏਡੀ ਗਰੀਬ ਹਾਂ ਮੇਰੇ ਕੋਲ ਇੱਕੋ ਚਾਦਰ ਤੜੀਆਂ 18 ਦੀਆਂ ਵਾਰੀ ਵਾਰੀ ਨਾਲ ਨਮਾਜ਼ ਯੇ ਥੇ ਜਨਾਬ ਫੈਸਲ ਅੱਬਾਸ ਕੁਰੇਸ਼ੀ ਸਾਹਿਬ ਆਰਿਨ ਕੇ ਬਾਅਦ ਅਬ ਆਪਕੇ ਸਾਹਮਣੇ ਜ਼ਾਕਰ ਆਲੇ ਬਾ ਸ਼ਹਿਨਸ਼ਾਹ ਮਸਾਹਿਬ ਜਨਾਬ ਰਿਜ਼ਵਾਨ